ਆਹ ਮੁੰਡਾ ਕਿੱਥੇ ਗਿਆ, ਉਹਨੂੰ ਪਤਾ ਨਹੀਂ ਕਿੱਧਰ ਗਿਆ ਵਾ ਉਹਨੂੰ ਜਮਾ ਫੇਲ। ਉਹ ਤੋਂ ਅਗਰ ਖਰਾਬ ਹੋ ਗਿਆ ਨਾ ਮੈਂ ਤੇਰੇ ਦੰਦ ਭਾਂਦੇ ਨਹੀਂ ਦੇਗਾ, ਮੈਂ ਤੁਹਾਨੂੰ ਦੱਸ ਦੇਵਾਂ। ਅੱਛਾ ਅੰਬਰਦਾ ਹਾਲੇ ਤੱਕ ਤਾਂ ਨਹੀਂ ਆਇਆ। ਆਹ ਬੰਦਾ ਸੱਜ ਦੇਖ ਹੱਡ ਹਰਾਮ ਟੁੱਟ ਚਾਵਲ 10-10 ਕਿਲੋ ਦੇ ਚਾਵਲ ਆ ਜੀ। ਉੱਥੇ ਦੇਖਾਂ ਪੱਕੀਆਂ ਹੋਈਆਂ ਬਕਵਾਸ ਨਹੀਂ ਆ। ਇੱਕ ਤਾਂ ਮਿੱਠੀ ਪਕਾਉਣੀ ਸੀ ਤੁਸੀਂ, ਫਿਰ ਕਹਿ ਕੇ ਨਮਕੀਨ ਪਕਵਾਈ ਸਾਡੇ ਤਾਂ ਮਿੱਠੀ ਪੂਰੀ ਨਹੀਂ ਆਉਣੀ ਸੀ। ਅੱਛਾ ਇਹਦਾ ਮੰਗਾ ਚਲੋ ਇੱਕ ਬਾਜੂ ਗਰੀਬਾਂ ਨੂੰ ਕੀ ਚੱਕ ਲਿਆ ਵੋ, ਹੁਣ ਦੰਦ ਜਿਹਾ ਕੱਢੀ ਜਾ ਰਿਹਾ ਵਾ ਰੋਜ਼ ਚ। ਆ ਨਾ ਸਾਜੀ ਪਿਆਜ਼ ਲਾਲ ਹੋਣੇ ਸ਼ੁਰੂ ਹੋ ਗਿਆ ਤੇ ਇਹਨਾਂ ਨੇ ਹੁਣੀ ਵਿੱਚ ਸਿੱਟ ਦੇਣਾ ਸਮਾਨ ਇਵੇਂ, ਜਾਂ ਥੋੜੀ ਦੇਰ ਤੱਕ ਸਿੱਟਣਾ ਵਾ। ਇਹ ਕੁੱਕ ਹੈ ਕਿਸੇ ਨੇ, ਆਪਾਂ ਇਹਦੀ ਵੀਡੀਓ ਲੀਕ ਕਰ ਦਿੰਦੇ ਹਾਂ। ਸਾਰੀਆਂ ਤੁੱਕੇ ਵੱਲੋਂ ਬਣੀਆਂ ਲਾ ਦੇਗਾ ਪਕਾਉਣਾ, ਇੱਥੇ ਫੁੱਲ ਬਣਾਈ ਜਾ ਰਹੇ ਆ। ਕੁਛ ਸਿੱਟਣ ਲੱਗੇ ਵਿੱਚ, ਉਹ ਦੇਖੋ ਜੀ ਉਹ ਗਿਆ ਕੁਛ ਦੇਖ ਦੇ ਵਿੱਚ, ਠੀਕ ਹੈ ਥੋੜੇ ਥੋੜੇ ਗੰਢੇ ਲਾਲ ਹੋ ਗਏ ਨਾ ਤਾਂ ਇਹ ਸਿੱਟਣ ਲੱਗੇ ਆ ਵਿੱਚ। ਉਹ ਲਾਂ ਤੀ ਇੰਨੇ ਪੱਟ ਕੇ ਲਿਆ ਲਸਣ, ਪੰਜ ਕਿਲੋ ਗੋਸ਼ੇ ਸਿੱਟਿਆ, ਝੂਠ ਬੋਲਦੇ ਆ ਕਾਹਤੋਂ ਅਸੀਂ ਗੁਨਾਹ ਹਾਸਲ ਕਰੀਏ। ਦੋ ਦੇਗਾ ਉਹਨਾਂ ਨੂੰ ਪਤਾ, ਤਿੰਨ ਦੇਗਾ ਕਿਤੋਂ, ਆਹ ਗੰਢੇ ਲਾਲ ਹੋ ਗਏ ਆ। ਸਿੱਟ ਦੇ ਕੁਛ ਲਿਆਣ ਕੇ ਯਾਰ, ਸਿੱਟ ਦੇ ਸਿਰੇ ਗੰਢੇ ਲਾਲ ਹੋ ਗਏ, ਸਿੱਟ ਕੁਛ ਲਿਆਣ ਕੇ। ਉਹ ਮੇਰੀ ਦਿਖਾ ਦੋ, ਆ ਬਹੁਤ ਸੜ ਗਏ ਨਾ, ਇਹਨੇ ਕਹਿਣਾ ਵਾ ਕਿ ਮੈਂ ਕਿਹਾ ਸੀਗਾ ਇਹਨਾਂ ਨੂੰ ਸਿੱਟ ਦੋ, ਇਹਨਾਂ ਸਿੱਟੇ ਨਹੀਂ ਜਾਣ ਬੁੱਝ ਗਏ। ਆਹ ਦੇਖੋ ਉਹ ਮੇਰੇ ਸਾਰਾ ਜੋ ਨਾਈ ਕਹੂੰਗੇ ਉਹੀ ਮੰਨਣਾ ਵਾ, ਉਹ ਆਪਣੀ ਵੀ ਕਦੀ ਮਨਾਉਣੀ ਚਾਹੀਦੀ ਆ। ਦੇਖ ਹੁਣ ਟਮਾਟਰਾਂ ਦੀ ਵਾਰੀ ਆ ਗਈ ਆ, ਇਹ ਜਦੋਂ ਅੱਧੇ ਕੁ ਸਿੱਟ ਦੇ, ਜਦੋਂ ਆਹ ਮਸਾਲਾ ਬਣ ਗਿਆ ਫਿਰ ਇਹਨਾਂ ਨੇ ਉਹ ਚਾਵਲ ਸਿੱਟੂਗੇ ਵਿੱਚ। ਆਹ ਨਾਈ ਵਾਹ ਜਿੱਦਾਂ ਦੀ ਕੌਮ ਆ, ਜਿਹਨਾਂ ਕੋਲ ਪਾਵਾਂ ਤੁਸੀਂ ਅਗਰ 1.5 ਕਿਲੋ ਟਮਾਟਰ ਲੈ ਆਉਂਦੇ ਨਾ, ਇਹਨਾਂ 1.5 ਕਿਲੋ ਦੋਵਾਂ ਦੇਗਾ ਹੀ ਪਾ ਦੇਣੇ ਸੀ। ਆਹੋ ਮੈਂ 3 ਕਿਲੋ ਲੈ ਕੇ, ਇਹਨਾਂ 3 ਕਿਲੋ ਦੋਵਾਂ ਦੇਗਾ। ਇਹ ਮਜ਼ਾਲ ਆ, ਕੋਈ ਚੀਜ਼ ਵਾਪਸ ਘਰ ਭੇਜਣਗੇ? ਇਹ ਤਾਂ ਕਸਮ ਖਾ ਲਓ ਵਾਪਸ ਨਹੀਂ ਭੇਜੂਗੇ। ਆਹ ਹੁਣ ਮਸਾਲਾ ਬਣਦਾ ਪਿਆ ਵਾ। ਅੱਛਾ ਉਹ ਮਟਰ ਲੈ ਕੇ ਆਇਆ, ਉਹ ਕਦੋਂ ਸਿੱਟਣੇ ਵਿੱਚ? ਉਹ ਬਲ ਗਏ ਆ ਥੋੜ੍ਹੇ, ਤਾਂ ਬਲਣੇ ਵਾਲੇ ਆ ਬਾਕੀ।
ਹੈ ਮਟਰ ਆ ਗਏ ਉਹ ਵੀ ਇੰਨੇ ਖੁਣੇ ਆ ਤਕਰੀਬਨ ਇੰਨੇ ਖੁਣੇ ਆ ਚੱਲ ਥੋੜੇ ਕਰ ਲਾ ਥੋੜੇ ਪਾ ਲਾ ਸਾਰੇ ਨਾਪ ਉਹ ਬਸ ਕੁੱਕਰ ਦੀ ਹਵਾ ਨਿਕਲਣ ਵਾਲੀ ਆ ਥੋੜੀ ਉਹ ਸਿੱਟ ਤੇ ਉਹਨੇ ਫਿਰ ਆ ਚਲੋ ਕੋਈ ਗੱਲ ਨਹੀਂ ਦੇਖਿਆ ਇਹਨਾਂ ਨੇ ਗਲਤੀ ਆਪਣੀ ਨਹੀਂ ਮੰਨੀ ਜੋ ਮਰਜ਼ੀ ਹੋਇਆ ਖਰਾਬ ਹੋ ਜਾਵੇ ਸਹੀ ਹੋ ਜਾਵੇ ਬਾਹਰ ਸਿੱਟੋ ਜਿਹੜਾ ਖਰਾਬ ਆ ਤਾਂ ਆਲੂ ਉਂਗਲੀ ਜਿਹਨੂੰ ਕਹਿੰਦੇ ਆ ਚਾਵਲ ਖਰਾਬ ਕਰਨ ਆ ਚਾਵਲ ਖਰਾਬ ਕਰਨ ਲੱਗੇ ਅਤੇ ਅੱਧੇ ਥੱਲੇ ਸਿੱਟੀ ਜਾ ਰਿਹਾ ਅਤੇ ਇਹ ਸਾਰੀ ਵੀਡੀਓ ਅਮਰ ਬਣਾ ਕੇ ਭੇਜੂਗਾ ਨਾ ਤੇਰੇ ਪਿੱਛੇ ਪਾਣੀ ਨਹੀਂ ਆਇਆ ਅਮਰ ਨੂੰ ਨਹੀਂ ਤੂੰ ਕੀ ਛੱਡ ਕੇ ਆਇਆ ਵੇ ਮੈਂ ਤਾਂ ਪਾਣੀ ਛੱਡ ਕੇ ਆਇਆ ਸੀ ਕਿੱਥੋਂ ਆਇਆ ਕਿੱਥੇ ਆਇਆ ਪਾਣੀ ਕੋਈ ਹੋਰ ਟੂਟੀ ਜੀ ਖੋਲਿਆ ਆ ਯਾਰ ਤੁਸੀਂ ਵੀ ਤੰਗ ਕਰਦੇ ਪਏ ਹੋ ਹੁਣ ਤੂੰ ਖੋਲ ਕੇ ਪਾਣੀ ਪਾ ਹੁਣ ਤਾਂ ਕੋਈ ਦਿੱਕਤ ਹੀ ਕੋਈ ਨਹੀਂ ਇੱਥੇ ਵੀ ਪਾਣੀ ਪਾ ਖਬਰ ਤੇ ਵੀ ਪਾ ਮੈਂ ਉਹਨਾਂ ਬਾਹਰ ਥੋੜਾ ਜਿਹਾ ਫਰਾਂ ਨੂੰ ਕਰ ਲਓ ਨਾ ਪਾਣੀ ਫਰਾਂ ਨੂੰ ਨਿਕਲ ਜੇ ਲਓ ਸਾਧ ਲਓ ਪਿਆ ਬੇਸਾ ਖਿੱਚ ਵੀ ਸਾਦਾ ਕੋਈ ਸ਼ਿਸ਼ੂ ਨੀਡਾ ਅੱਛਾ ਹਾਂ ਚੇਤਾ ਨੀ ਤੂੰ ਕਿਹੜਾ ਘਰੇ ਰਹਿਣਾ ਜਿਹੜਾ ਤੈਨੂੰ ਚੇਤਾ ਹੋਵੇ ਸਾਡਾ ਉੱਥੇ ਭਾਵਲਪੁਰ ਬੈਠਾ ਲੁੱਟਣ ਤੇ ਕਾਬੂ ਹੈ ਸਾਡੇ ਜਿਹੜਾ ਕਿਹੜਾ ਵੀ ਮਾਰਨ ਤੇ ਹੀ ਆ ਚਲੋ ਦੇਖੋ ਨੀ ਹੋਰ ਕਿਤੇ ਕੰਮ ਮਰਵਾ ਲਈ ਚਾਵਲ ਪਾ ਦਿੱਤੇ ਵਿੱਚ ਵਾਹ ਚਮਚਾ ਨੀ ਮਾਰਨਾ ਹੁਣ ਜਾਂ ਬਾਅਦ ਚ ਉਹ ਪਹਿਲਾਂ ਉਹ ਕਰਵਾ ਲਿਆ ਨਾ ਚਾਵਲ ਪਾਤੇ ਉਹ ਬੰਦੇ ਜੀ ਚਾਵਲ ਧੋਣ ਨੂੰ ਬੈਠੇ ਆ ਪਰ ਆਲਸੀ ਆ ਬੰਦੇ ਰੋਜ਼ਿਆਂ ਚ ਤੇ ਤੁਸੀਂ ਪੁੱਤ ਉਹਨਾਂ ਬਰਦਾਸ਼ਤ ਕਰੋ ਪਾ ਦੋ ਕੋਈ ਮਸਲਾ ਨੀ 19-20 ਦੀ ਹੋ ਜਾਊਗੀ ਖੈਰ ਆ ਹਾਂ ਮੈਂ ਪਹਿਲਾਂ ਹੀ ਕਿਹਾ ਸੀ 19-20 ਹੋ ਜਾਂਦਾ ਖੈਰ ਆ ਟੂਟੀ ਬੰਦ ਕਰਦੀ ਆ ਪੱਕ ਗਈ ਆ ਹਲੇ ਤਾਂ ਪੱਕੀ ਪਕਾਈ ਹੁੰਦੀ ਆ ਬੁਲਾ ਦੇਣਾ ਥੱਲੇ ਚਲੋ ਜੀ ਉਹ ਦੇਗ ਪੱਕ ਵੀ ਗਈ ਦੋਵੇਂ ਇਕੱਠੀਆਂ ਰੱਖੀਆਂ ਸੀਗੀਆਂ
ਇੱਕ ਪਹਿਲੋਂ ਤਿਆਰ, ਇੱਕ ਬਾਅਦ ਤਿਆਰ। ਇਹ ਕਾਰਾਗਰੀ ਆ ਜੀ ਸਾਡੀ। ਹੁਣ ਹਾਲੇ ਉਹ 'ਚ ਚਾਵਲ ਵੀ ਨਹੀਂ ਪਾਏ, ਉਹ ਚਾਵਲ ਸਾਹਮਣੇ ਪਏ, ਉਹ ਜਿਹੜੇ ਆਹ ਬੰਦੇ ਨੇ ਵਿੱਚ ਆਹ ਵਾਹਵਾ ਸਿੱਟ ਦੇ, ਮਿਰਚਾਂ ਮੁਰਚਾਂ ਵਾਹਵਾ ਸਿੱਟ ਦੇਵੇ। ਬਾਕੀ ਖਾਣ ਨੂੰ ਤਾਂ ਜਿਵੇਂ ਵੀ ਲੱਗੂਗੀਆਂ, ਪਰ ਦੇਖਣ ਨੂੰ ਸੋਹਣੀਆਂ ਲੱਗੂਗੀਆਂ। ਇਹ ਤਕਰੀਬਨ ਰੈਡੀ ਹੋ ਗਈ ਆ ਦੇਖ, ਤੇ ਹੁਣ ਉਹਦਾ ਚਾਵਲ ਪਾਉਣ ਲੱਗਾ। ਚਲੋ ਜੀ, ਉਹ ਇੱਕ ਦੇਖ ਰੈਡੀ ਹੋ ਗਈ ਆ, ਦੂਜੀ ਦੇਖਦੇ ਹੁਣ ਚਾਵਲ ਪਾਉਣ ਲੱਗੇ ਆ। ਪਾਤੇ ਚਾਵਲ। ਇਹਨਾਂ ਦੋਵਾਂ ਨੂੰ ਨੀ ਦੇਣੇ, ਇਹ ਬਹੁਤ ਲੜਦੇ ਪਏ ਆਪਸ ਇੱਕ ਦੂਸਰੇ ਨਾਲ। ਹੁਣ ਤਾਂ ਖਾਲੀ ਹੋ ਗਈ ਹੁਣ ਬਾਲਟੀ, ਹੁਣ ਪਾਣੀ ਦੇ ਭਰ ਲਿਆ ਵੋ। ਇਹ ਅੱਗ ਲੱਗਦੀ ਪਈ ਸਾਡਾ ਤੇ, ਕਿਉਂਕਿ ਮਾੜਾ ਮਾੜਾ ਪਾਣੀ ਆ, ਅਗਰ ਨਾ ਇਹਨੇ ਇੱਥੇ ਖੁਸ਼ਕ ਹੋ ਜਾਣਾ ਵਾ ਚਾਵਲਾਂ ਨੇ। ਯਾਨੀ ਕਿ ਜਿਹਨੂੰ ਕਹਿੰਦੇ ਦਮ ਦੇ ਰਿਹਾ, ਇੱਕ ਦੇਗ ਨੂੰ ਦਮ ਦੇ ਰਿਹਾ, ਦੂਜੀ ਦੇਗ ਇੱਥੇ ਪਈ ਆ ਤਿਆਰ ਹੋ ਰਹੀ। ਇਕੱਠੀਆਂ ਸ਼ੁਰੂ ਕੀਤੀਆਂ ਸੀ, ਕਿਹੜੀ ਕਾਰਾਗਰੀ ਆ ਜੀ, ਇੱਕ ਰੈਡੀ ਹੋ ਗਈ ਤੇ ਦੂਜੀ ਹਾਲੇ ਤੱਕ ਰੈਡੀ ਹੋਈ ਨਹੀਂ ਆ। ਚਲੋ ਕੋਈ ਮਸਲਾ ਨਹੀਂ, ਫਿਰ ਵੀ ਮਿਹਰਬਾਨੀ ਦੋਵੇਂ ਰੈਡੀ ਕਰ ਦੇਣ। ਦੇਗਾਂ ਹੋ ਗਿਆ ਰੈਡੀ, ਚੱਕ ਓਏ। ਅੱਛਾ ਉਹ ਮੈਨੂੰ ਲੱਗਦਾ ਖਰਾਬ ਹੋ ਗਿਆ ਤਾਂ। ਅੱਛਾ ਅੱਛਾ ਜੀ, ਇਹ ਚਾਵਲ ਕੱਚੇ ਕੱਚੇ ਆ, ਚਲੋ ਚੱਲੂਗੇ। ਅੱਛਾ ਇਹ ਚ ਬੋਟੀਆਂ ਬਹੁਤੀਆਂ ਪਈਆਂ, ਉਹ ਚ ਬੋਟੀਆਂ ਨਜ਼ਰ ਨਹੀਂ ਆ ਰਹੀਆਂ। ਅੱਛਾ ਉੱਤੇ ਕਰੋ ਬੋਟੀਆਂ। ਤਾਂ ਜੀ ਦੇਗਾਂ ਪਾ ਕੇ ਰੈਡੀ ਹੋ ਗਈਆਂ ਵਾ ਯਾਰ, ਮੈਂ ਬਣਾ ਤਾਂ ਲਈ ਆ। ਇਹ ਬਣ ਗਈ, ਵੀਡੀਓ ਬਣਦੀ ਪਈ ਆ ਸਰ ਜੀ। ਅੱਛਾ ਸਰ ਜੀ, ਦਾਗਾ ਹੋ ਗਿਆ ਰੈਡੀ, ਵਾਮ ਨੂੰ ਸੱਦਣ ਲੱਗੇ ਆ। ਟੁੱਟ ਪਵੋ, ਟਰੈਕਟਰ ਵੀ ਸਾਡਾ ਖਰਾਬ ਹੋ ਗਿਆ ਥੋੜਾ ਜਿਹਾ। ਚਲੋ ਅੰਬਰ ਕੰਮ ਦੇ ਗੋਏ, ਅੰਬਰ ਕੰਮ ਦੇ ਲੋਕ ਨਹੀਂ। ਆ ਵੀ ਮੁੰਡਾ ਚਾਵਲ ਮੰਗਣ ਆਇਆ ਹੋਇਆ, ਪਤਾ ਸਾਨੂੰ ਪਤਾ ਤੂੰ ਚਾਵਲ ਲੈਣਾ।